ਪਰ ਭੈਣ ਜੀ ਪਿੱਛੇ ਵੀ ਤੁਹਾਡੇ ਬਾਰੇ ਇਸ ਤਰ੍ਹਾਂ ਖਬਰ ਆਈ ਸੀ ਕਿ ਤੁਸੀਂ ਛੱਡ ਗਏ ਕਿ ਉਹਦੀ ਕੀ ਸੱਚਾਈ ਹੈ? ਹਾਂਜੀ ਕੀ ਆਈ ਸੀ ਜਿਹੜੀ ਫੋਟੋ ਵਾਇਰਲ ਹੋਈ ਸੀ ਪਿੱਛੇ ਕਿ ਬੇਟੇ ਨਾਲ ਵੀ ਗੱਲਬਾਤ ਕੀਤੀ ਕਿ ਡਿਸਪਿਊਟ ਚੱਲ ਰਿਹਾ ਹੈ ਪਰਿਵਾਰ ਦੇ ਪਰਿਵਾਰ ਦੇ ਵਿੱਚ, ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਸੀ ਕਿ ਤੁਸੀਂ ਥੋੜੀ ਵੇਖੋ ਜੀ, ਇਸ ਤਰ੍ਹਾਂ ਕਿ ਪੁਲਿਸ ਜਿਵੇਂ ਵਾਰ-ਵਾਰ ਆ ਰਹੀ ਸੀ, ਪਰੇਸ਼ਾਨ ਕਰ ਰਹੀ ਸੀ, ਤੇ ਉਹਦੇ ਕਰਕੇ ਅਸੀਂ ਆਪ ਖੁਦ ਘਰੋਂ ਗਏ ਸੀ, ਤੇ ਜਿਵੇਂ ਕਿ ਜਿਵੇਂ ਜਾਂ ਸਿੱਖ ਸੰਗਤਾਂ ਵੱਲੋਂ ਆ ਜਾਂ ਕਿਸੇ ਵੱਲੋਂ ਵੀ ਆ, ਉਹ ਉਹਨਾਂ ਨੂੰ ਲੱਗਿਆ ਕਿ ਹੋ ਸਕਦਾ ਇਹ ਉਠਾ ਲਏ ਗਏ ਆ, ਤੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਤੇ ਬਾਕੀ ਜੋ ਜੋ ਜਿਵੇਂ ਰਿਸ਼ਤੇਦਾਰਾਂ ਕੋਲ ਜਾ ਰਹੇ ਸੀ, ਪੁਲਿਸ ਵਾਲੇ ਵਾਰ ਵਾਰ ਜਾਂਦੇ ਆ ਉਹਨਾਂ ਨੂੰ ਪਰੇਸ਼ਾਨ ਕਰਦੇ, 2 ਦਿਨ ਮੇਰੇ ਭਰਾ ਨੂੰ ਵੀ ਰੱਖਿਆ ਉਹਨਾਂ ਨੇ, ਮਾਮਾ ਜੀ ਉਹਨਾਂ ਨੂੰ ਲੈ ਕੇ ਜਾਂਦੇ ਰਹੇ ਆ ਪਰੇਸ਼ਾਨ ਕਰਦੇ, ਅੱਜ ਵੀ ਡੈਡੀ ਸਵੇਰ ਦੇ ਥਾਣੇ 'ਚ ਬੈਠੇ, ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ, ਉਹਨਾਂ ਨੂੰ ਕੋਈ ਪਤਾ ਨਹੀਂ ਉਹਨਾਂ ਨੂੰ